ਪੰਜਾਬ ਦੇ ਵਿੱਚ 22 ਜ਼ਿਲ੍ਹਾ ਪ੍ਰੀਸ਼ਦ ਅਤੇ 150 ਬਲਾਕ ਸਮਿਤੀਆਂ ਲਈ ਵੋਟਾਂ ਪਈਆਂ। ਛੁੱਟਪੁੱਟ ਘਟਨਾਵਾਂ ਨੂੰ ਛੱਡ ਕੇ ਪੰਜਾਬ ਵਿੱਚ ਵੋਟਾਂ ਪੈਣ ਦਾ ਕੰਮ ਅਮਨੋ ਅਮਾਨ ਨਾਲ ਨੇਪੜੇ ਚੜਿਆ। ਕਈ ਥਾਵਾਂ ਤੇ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਦਰਮਿਆਨ ਝੜਪਾਂ ਦੀਆਂ ਖਬਰਾਂ ਸਾਹਮਣੇ ਆਈਆਂ। ਕੁਝ ਥਾਵਾਂ ਤੇ ਗੋਲੀ ਚੱਲਣ ਅਤੇ ਕੁੱਟਮਾਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਇਸ ਤੋਂ ਬਿਨਾਂ ਕਈ ਪੋਲਿੰਗ ਬੂਥਾਂ ਤੇ ਬੂਥ ਕੈਪਚਰਿੰਗ ਦੀ ਕੋਸ਼ਿਸ਼ ਦੇ ਨਾਲ ਨਾਲ ਜਾਲੀ ਵੋਟਾਂ ਭੁਗਤਾਉਣ ਦੇ ਇਲਜ਼ਾਮ ਲੱਗੇ ਨੇ। ਫਿਰੋਜ਼ਪੁਰ ਦੇ ਪਿੰਡ ਨੌਰੰਗ ਕੇ ਲੇਲੀਵਾਲਾ ਵਿੱਚ ਵੀ ਕਾਂਗਰਸ ਤੇ ਬੂਥ ਕੈਪਚਰਿੰਗ ਕਰਨ ਦੇ ਇਲਜ਼ਾਮ ਲੱਗੇ ਨੇ। ਮੌਕੇ ਤੇ ਮੌਜੂਦ ਕਰਮਚਾਰੀਆਂ ਮੁਤਾਬਕ 25 ਦੇ ਕਰੀਬ ਵਿਅਕਤੀ ਪੋਲਿੰਗ ਬੂਥ ਦੇ ਅੰਦਰ ਆਏ ਅਤੇ ਹਥਿਆਰਾਂ ਦੀ ਨੋਕ ਤੇ ਉਹਨਾਂ ਦੇ ਬੈਲਟ ਪੇਪਰ ਤੇ ਕਾਂਗਰਸ ਦੇ ਚੋਣ ਨਿਸ਼ਾਨ ਦੇ ਠੱਪੇ ਲਾਉਣੇ ਸ਼ੁਰੂ ਕਰ ਦਿੱਤੇ। 10 ਤੋਂ 12 ਬੰਦੇ ਆਏ ਹੈਗੇ ਆ ਔਰ ਆ ਕੇ ਸਾਡੇ ਨਾਲ ਧੱਕਾ ਕਰ ਗਏ। ਉਹਨਾਂ ਨੇ ਆ ਕੇ ਬੈਲਟ ਪੇਪਰ ਜਿਹੜੇ ਉੱਪਰ ਮੂਹਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਔਰ ਫਟਾਫਟ ਫਾੜ ਕੇ ਪਾਉਣੇ ਸ਼ੁਰੂ ਕਰ ਦਿੱਤੇ। ਮੈਂ ਆਪਣਾ ਮੋਬਾਈਲ ਕੱਢਿਆ ਵੀਡੀਓ ਬਣਾਉਣ ਦੇ ਲਈ ਔਰ ਮੇਰੇ ਤੋਂ ਖੋਲਿਆ ਗਿਆ ਔਰ ਉਸਦੇ ਨਾਲ ਹੀ 10-12 ਉਹਦੇ ਨਾਲ ਇੱਥੇ ਇਕੱਠੇ ਸੀਗੇ। ਉਹਨਾਂ ਨੇ ਕਿਸੇ ਨੂੰ ਕੁਛ ਵੀ ਨਹੀਂ ਕਰਨ ਦਿੱਤਾ। ਉਹ ਕਿਹੜੇ ਪਾਰਟੀ ਬੰਦੇ ਨੇ? ਇਹ ਪਾਰਟੀ ਦਾ ਮੈਨੂੰ ਨਹੀਂ ਪਤਾ, ਪਰ ਉਹਨਾਂ ਨੇ ਸਾਰੇ ਕਾਂਗਰਸ ਦੇ ਜਿਹੜਾ ਹੈਗਾ ਸੀ ਚੋਣ ਨਿਸ਼ਾਨ ਉਸੇ ਮੂਹਰਾਂ ਲਗਾਈਆਂ ਹੈ। ਇਹ ਨਾਲ ਸਾਡੇ ਬੈਠੇ ਹੈਗੇ ਆ ਪੋਲਿੰਗ ਏਜੰਟ, ਇਹਨਾਂ ਦੀ ਵੀ ਅਸੀਂ ਸਟੇਟਮੈਂਟ ਵੀਡੀਓ ਦੇ ਥਰੂ ਲਈ ਔਰ ਇਹਨਾਂ ਨੇ ਵੀ ਇਹੀ ਕਿਹਾ ਹੈ ਕਿ ਉਹ 10-12 ਬੰਦੇ ਆਏ ਸੀ, ਮਤਲਬ ਧੱਕਾ ਕਰਕੇ ਗਏ ਆ ਇੱਥੇ ਸਾਡੇ ਨਾਲ। ਆ ਤੁਹਾਡੇ ਸਾਹਮਣੇ ਬੈਲਟ ਪੇਪਰ ਹੈਗੇ ਆ ਜਿਹੜੇ ਉਹਨਾਂ ਨੇ ਨਜਾਇਜ਼ ਪਾ ਕੇ ਇੱਦਾਂ ਫੜ ਕੇ ਵਿੱਚ ਸੁੱਟ ਕੇ ਗਏ ਆ। 51 ਫੜੇ ਜੀ ਉਹਨਾਂ ਨੇ, 51 ਤੇ ਉਹਨਾਂ ਨੇ ਠੱਪੇ ਲਾਏ ਜੀ ਔਰ ਉਹਨਾਂ ਵਿੱਚੋਂ 51 ਦੇ ਠੱਪੇ ਲਾਏ ਜੀ, 51 ਦੇ ਵਿੱਚੋਂ 49 ਉਹ ਪਾੜ ਕੇ ਵਿੱਚ ਸੁੱਟ ਗਏ ਜੀ। ਦੂਜੇ ਪਾਸੇ ਢੀਂਡਸਾ ਵਿੱਚ ਵੀ ਕਾਂਗਰਸ ਉਮੀਦਵਾਰ ਅਤੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਦੇ ਵਿਚਕਾਰ ਝੜਪ ਦੀਆਂ ਖਬਰਾਂ ਸਾਹਮਣੇ ਆਈਆਂ। ਇਸ ਦੌਰਾਨ ਡੰਡੇ ਇੱਟਾਂ ਚੱਲਦੀਆਂ ਹੋਈਆਂ ਦਿਖਾਈ ਦਿੱਤੀਆਂ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਉੱਪਰ ਬੂਥ ਕੈਪਚਰਿੰਗ ਦੇ ਦੋਸ਼ ਵੀ ਲੱਗੇ। ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਵਿੱਚ ਲੱਗੇ ਹੋਏ ਨੇ। ਨਾਲ ਇਸ ਪੂਰੇ ਮਾਮਲੇ 'ਚ SDM ਅਤੇ SHO ਪੱਤਰਕਾਰਾਂ ਦੇ ਨਾਲ ਹੀ ਬਦਸਲੂਕੀ ਕਰਦੇ ਹੋਏ ਨਜ਼ਰ ਆਏ। ਪੰਜਾਬ ਚੋਣ ਕਮਿਸ਼ਨ ਨੇ ਸਾਫ਼ ਕੀਤਾ ਹੈ ਕਿ ਗੜਬੜ ਵਾਲੀਆਂ ਥਾਵਾਂ ਦੀ ਰਿਪੋਰਟ ਲਈ ਜਾ ਰਹੀ ਹੈ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 354 ਉਮੀਦਵਾਰ ਚੁਣੇ ਜਾਣੇ ਨੇ, ਜਿਨ੍ਹਾਂ ਵਿੱਚੋਂ 402 ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਨੇ। ਹੁਣ ਇਹਨਾਂ ਚੋਣਾਂ ਦਾ ਨਤੀਜਾ 22 ਸਤੰਬਰ ਨੂੰ ਐਲਾਨਿਆ ਜਾਵੇਗਾ। ਫਿਰੋਜ਼ਪੁਰ ਤੋਂ ਸਨੀ ਚੋਪੜਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਾਰਿਆਂ ਨੂੰ ਪਤਾ ਵੀ ਤੁਸੀਂ ਭਲਾਈ ਹੈ। ਇਹ ਕੋਈ ਕਟੜੂ ਬਛੜੂ ਹੈ, ਮੇਰੇ ਮੂੰਹ ਚ ਨਾਲ ਠੋਕਤੀ। ਮੈਂ ਕਟੜੂ ਬਛੜੂ ਨਹੀਂ, ਜਦ ਦਾ ਝੋਟਾ ਆ ਝੋਟਾ। ਝੋਟਾ ਵੀ ਪਸ਼ੂ ਹੁੰਦਾ, ਉਹ ਕਿਹੜਾ ਸਟੀਵ ਲੱਗਿਆ ਹੁੰਦਾ ਹੈ।